शब्द गुरु पर कासे हो गुरु अर्जुन
जेतवा
ਗੁਰੂ ਅਰਜਨ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਖਾਸ ਕਰਕੇ ਮਥੁਰਾ ਭੱਟ ਨੇ ਤੇ ਕਲ ਭੱਟ ਨੇ ਬਹੁਤ ਕੁਝ ਕਿਹਾ ਹੈ। ਇੱਥੇ ਹੁਣ ਇਹ ਸਵਾਈਆ ਕਲ ਭੱਟ ਦਾ ਬੜਾ ਹਿਸਟੋਰੀਕਲ, ਬੜਾ ਇਤਿਹਾਸਿਕ ਸਵਾਈਆ ਤੇ ਖਾਸ ਕਰ ਅੱਜ ਦਾ ਦਿਨ ਜਿਹੜਾ ਤੁਸੀਂ ਮਨਾ ਰਹੇ ਹੋ, ਭਾਵੇਂ ਦੋ ਦਿਨ ਪਹਿਲੇ ਗੁਜ਼ਰ ਗਿਆ ਹੈ, 1 ਸਤੰਬਰ ਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ ਦਿਹਾੜਾ ਜਿਹੜਾ ਤੁਸੀਂ ਮਨਾ ਰਹੇ ਹੋ, ਕੱਲ ਭੱਟ ਨੇ ਇਸ ਸਵਾਈਏ ਵਿੱਚ ਬੜਾ ਖੂਬਸੂਰਤ ਢੰਗ ਨਾਲ ਜ਼ਿਕਰ ਕੀਤਾ ਹੈ। ਕਹਿੰਦਾ ਮੈਂ ਗੱਲ ਤੇ ਗੁਰੂ ਅਰਜਨ ਸਾਹਿਬ ਦੀ ਕਰ ਰਿਹਾ, ਕਿਉਂਕਿ ਸਵਾਈਏ ਮਹੱਲੇ 5ਵੇਂ ਗੇੜੇ ਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿਹੜੇ ਸਵਾਈਏ ਮਹੱਲੇ 5ਵੇਂ ਗੇੜੇ, ਉਹਦਾ ਪਹਿਲਾ ਸਵਾਈਆ ਹੈ। ਕੱਲ ਭੱਟ ਕਹਿੰਦਾ ਦੁਨੀਆਂ ਦੇ ਲੋਕ ਮੈਂ ਪਹਿਲਾਂ ਅਕਾਲ ਪੁਰਖ ਨੂੰ ਸਿਮਰ ਕੇ, ਉਸ ਅਵਿਨਾਸ਼ੀ ਪੁਰਖ ਨੂੰ ਸਿਮਰ ਕੇ, ਕਿਉਂਕਿ ਰਚਨਾ ਦਾ ਆਰੰਭ ਪੁਰਾਤਨ ਤੋਂ ਇੱਕ ਮਰਿਆਦਾ ਸੀ, ਮੰਗਲ ਤੋਂ ਸ਼ੁਰੂ ਹੁੰਦਾ ਸੀ। ਕੋਈ ਵੀ ਸ਼ਾਇਰ ਕਵੀ ਰਚਨਾ ਕਰ, ਜਦੋਂ ਕੋਈ ਰਚਨਾ ਕਰਦਾ ਉਹਦੇ ਆਰੰਭ ਵਿੱਚ ਮੰਗਲ ਕਰਦਾ, ਉਹ ਭਾਵੇਂ 2 ਹਰਫੀ ਹੋਵੇ ਜਾਂ ਪੂਰੇ ਬਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਇਸੇ ਲਈ ਮੰਗਲ ਸ਼ਬਦ ਜਿਹੜਾ ਹੈ ਉਹ 21 ਓਂਕਾਰ ਦੇ ਪਹਿਲੇ ਮੂਲ ਮੰਤਰ ਦੇ ਕੁਝ ਹਿੱਸੇ ਨੂੰ ਜਾਂ ਪੂਰੇ ਨੂੰ ਦਿੱਤਾ ਗਿਆ। ਇਹੋ ਕਾਰਨ ਹੈ ਜਦੋਂ ਰਚਨਾ ਨਵੀਂ ਸ਼ੁਰੂ ਹੁੰਦੀ ਹੈ ਉੱਥੇ 21 ਓਂਕਾਰ ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਵੀ ਮੰਗਲ ਆਉਂਦਾ, ਉਹਨੂੰ ਮੰਗਲ ਆਖਦੇ। 21 ਓਂਕਾਰ ਸਤਨਾਮ ਗੁਰਪ੍ਰਸਾਦ ਤੱਕ ਵੀ ਹੈ, 21 ਓਂਕਾਰ ਸਤਿਗੁਰ ਪ੍ਰਸਾਦ ਤੱਕ ਵੀ ਹੈ, ਆਮ ਕਰਕੇ ਇਹ ਸਾਰਾ ਮੰਗਲ ਹੈ। ਇੱਕ ਅਕਾਲ ਪੁਰਖ ਦਾ ਪਹਿਲਾ ਆਰੰਭ ਵਿੱਚ ਆਰਾਧਨ ਕਰਨਾ। ਹੁਣ ਇੱਥੇ ਕੱਲ ਭੱਟ ਉਸੇ ਨਿਯਮ ਨੂੰ ਪਾਲਦਾ, ਕਹਿੰਦਾ ਮੈਂ ਗੱਲ ਤੇ ਗੁਰੂ ਦੀ ਕਰ ਰਿਹਾ ਤੁਹਾਡੇ ਨਾਲ। ਸ਼ਬਦਾਵਲੀ ਦੀ ਚੋਣ ਕਿੰਨੀ ਖੂਬਸੂਰਤ ਹੈ, ਕਹਿੰਦਾ ਮੈਂ ਸਵਈਆ ਤਾਂ ਗੁਰੂ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਸਿਫਤਾਂ ਤੇ ਤੁਹਾਨੂੰ ਗੁਰੂ ਦੀਆਂ ਦੱਸਣਾ ਚਾਹੁੰਦਾ, ਗੁਰੂ ਅਰਜਨ ਪਾਤਸ਼ਾਹ ਜੀ ਦੀਆਂ। ਪਰ ਪਹਿਲੀਆਂ 2 ਲਾਈਨਾਂ ਜਿਹੜੀਆਂ ਨੇ ਉਹ ਮੰਗਲ ਵਜੋਂ ਅਕਾਲ ਪੁਰਖ ਅਵਿਨਾਸ਼ੀ ਦੀਆਂ ਨੇ, ਕਹਿੰਦੇ ਨੇ ਸਿਮਰਨ ਸੋਏ ਪੁਰਖ ਪੁਰਖ ਦੀ ਜਿਹੜਾ ਅਚਲ ਅਵਿਨਾਸ਼ੀ ਹੈ ਜਿਸਦੇ ਸਿਮਰਨ ਕਰਨ ਨਾਲ ਦੁਰਮਤ ਨਸ ਜਾਂਦੀ ਹੈ, ਉਹਦੇ ਮੰਗਲ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਗੁਰੂ ਦੀ ਸਿਫਤ ਸ਼ੁਰੂ ਕਰਦੇ ਨੇ ਕੱਲ ਭੱਟ। ਸਿਮਰਨ ਸੋਈ ਪੁਰਖ ਅਚਲ ਅਵਿਨਾਸ਼ੀ ਜਿਸ ਸਿਮਰਤ ਜਿਸ ਸਿਮਰਤ ਦੁਰਮਤ ਮਲ ਨਾਸੀ। ਲੋਕ ਕਹਿਣ ਲੱਗੇ ਹੁਣ ਮੰਗਲ ਕਰਕੇ, ਲੋ ਮੈਂ ਸਤਿਗੁਰ ਦੇ ਚਰਨ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਦੇ ਗੁਣ ਤੁਹਾਡੇ ਨਾਲ ਸਾਂਝੇ ਕਰਨਾ। ਸ਼ਬਦਾਂ ਦੀ ਬੜੀ ਖੂਬਸੂਰਤ ਹੈ, ਔਰ ਇੱਕ ਲਫ਼ਜ਼ ਵਰਤਿਆ ਨੇ ਸਹਿਜ। ਸਹਿਜ ਦਾ ਕੀ ਮਤਲਬ ਹੁੰਦਾ? ਸੁਭਾਵਕ, ਉਚੇਚ ਨਹੀਂ।
ਕਈ ਵਾਰ ਮਨੁੱਖ ਕਿਸੇ ਦੀ ਖੁਸ਼ਾਮਦ ਵਿੱਚ ਗੁਣ ਕਹਿੰਦਾ, ਉਹਦੇ ਚ ਉਚੇਚ ਹੋ ਜਾਂਦੀ ਹੈ। ਜਿਹੜੇ ਗੁਣ ਜਿਹੜੀਆਂ ਵਡਿਆਈਆਂ ਨਹੀਂ ਵੀ ਹੁੰਦੀਆਂ ਉਹ ਵੀ ਮਨੁੱਖ ਕਰੀ ਜਾਂਦਾ ਕਿਸੇ ਦੀਆਂ, ਉਹਨੂੰ ਸਹਿਜ ਨਹੀਂ ਆਖਦੇ, ਉਹਨੂੰ ਉਚੇਚ ਆਖਦੇ ਨੇ। ਤੇ ਉਸ ਉਚੇਚ ਦਾ ਨਾਂ ਖੁਸ਼ਾਮਦ ਹੁੰਦਾ ਹੈ। ਪਰ ਇੱਥੇ ਕੱਲ ਭੱਟ ਕਹਿੰਦਾ ਮੈਂ ਕੋਈ ਉਚੇਚ ਨਹੀਂ ਕਰ ਰਿਹਾ, ਕੋਈ ਬਣਾਵਟੀ ਗੱਲ ਗੁਰੂ ਅਰਜਨ ਸਾਹਿਬ ਦੇ ਸਿਫਤ ਵਿੱਚ ਵਡਿਆਈਆਂ ਵਿੱਚ ਨਹੀਂ ਕਰ ਰਿਹਾ, ਉਹ ਕਰਾਂਗਾ ਜਿਹੜੀ ਸਹੀ ਹੈ। ਕਹਿੰਦੇ ਸਤਿਗੁਰ ਚਰਨ ਕਮਲ ਸੁਭਾਵਕ ਜਿਹੜੇ ਹੈਨ ਬਿਨਾਂ ਉਚੇਚ ਦੇ, ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਧਿਆਨ ਦਿਓ ਜੀ, ਕਿਉਂਕਿ ਅੱਜ ਦਾ ਸਵਈਆ ਅੱਜ ਦੇ ਇਸ ਦਿਹਾੜੇ ਨਾਲ ਕਿੱਡਾ ਸੰਬੰਧਿਤ ਹੈ। ਗੁਰ ਅਰਜਨ ਗੁਣ ਸਹਿਜ ਵਿਚਾਰ ਸਾਹਿਬ ਦੇ ਘਰ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਹੋਏ, ਪ੍ਰਕਾਸ਼ ਕੀਤਾ। ਦੇਖੋ ਇਹ ਜਨਮ ਤੋਂ ਲੈ ਕੇ ਸਾਰੀ ਕਹਾਣੀ ਚਾਰ ਛੇ ਲਾਈਨਾਂ ਅੰਦਰ, ਜਿਹੜੇ ਗੁਣ ਸਪੈਸ਼ਲ ਵਿਸ਼ੇਸ਼ ਸਨ ਗੁਰੂ ਅਰਜਨ ਸਾਹਿਬ ਦੇ, ਉਹ ਜੋ ਕੰਮ ਉਹਨਾਂ ਨੇ ਵਿਸ਼ੇਸ਼ ਸੰਸਾਰ ਅੰਦਰ ਆ ਕੇ ਕੀਤੇ, ਉਹ ਚਾਰ ਛੇ ਲਾਈਨਾਂ ਵਿੱਚ ਪੂਰਾ ਇਤਿਹਾਸ ਦੱਸ ਦਿੱਤਾ। ਕੱਲ ਭੱਟ ਨੇ ਕਹਿੰਦਾ ਸਤਿਗੁਰ ਚਰਨ ਕਮਲ ਰਿਧ ਧਾਰਨ ਗੁਰੂ ਅਰਜਨ ਗੁਣ ਸਹਿਜ ਵਿਚਾਰ ਗੁਰੂ ਰਾਮਦਾਸ ਘਰ ਕੀਓ ਪ੍ਰਕਾਸ਼ਾ। ਗੁਰੂ ਰਾਮਦਾਸ ਸਾਹਿਬ ਦੇ ਘਰ ਪ੍ਰਗਟ ਹੋਏ, ਇਤਿਹਾਸਿਕ ਪੱਖ ਹੈ। ਗੁਰੂ ਰਾਮਦਾਸ ਘਰ ਕੀਓ ਪ੍ਰਕਾਸ਼ਾ ਸਗਲ ਮਨੋਰਥ ਪੂਰੀ ਆਸਾ। ਮੈਨੂੰ ਪਰਿਵਾਰ ਦੇ ਸੰਗਤਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ ਨੇ। ਕਹਿੰਦਾ ਹੁਣ ਮੈਂ ਸਤਿਗੁਰੂ ਦੇ ਚਰਨ ਕਮਲ ਹਿਰਦੇ ਵਿੱਚ ਧਾਰਨ ਕਰਨਾ, ਤੁਹਾਨੂੰ ਅਗਲੀ ਕਹਾਣੀ ਸੁਣਾਉਣਾ। ਕੱਲ ਪਾਠ ਕਹਿੰਦਾ ਉਹ ਇਹ ਕਿ ਤੇ ਜਨਮਤ ਗੁਰਮਤ ਬ੍ਰਹਮ ਪਛਾੜਿਓ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੇ ਘਰ ਪ੍ਰਕਾਸ਼ ਹੋਇਆ ਸੀ, ਨਹੀਂ ਤੇ ਗੁਰਮਤ ਪੜ੍ਹਨ ਵਾਸਤੇ ਬਹੁਤ ਸਮਾਂ ਲੱਗਦਾ। ਜੇ ਅਸੀਂ ਗੁਰਮਤ ਪੜ੍ਹਨੀ ਹੋਵੇ ਸਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਗੁਰੂ ਦਰਬਾਰ ਵਿੱਚ ਆਉਂਦੇ ਹਾਂ ਸਾਨੂੰ ਗੁਰਮਤ ਦਾ ਪਤਾ ਨਹੀਂ ਲੱਗਦਾ। ਕਹਿੰਦੇ ਨੇ ਗੁਰੂ ਅਰਜਨ ਨੇ ਜਨਮ ਤੋਂ ਹੀ ਗੁਰਮਤ ਸਮਝ ਲਈ। ਹੁਣ ਇੱਥੇ ਇੱਕ ਗੱਲ ਤੇ ਸੋਚ ਲਈਏ, ਅਨਲੌਜਿਕ ਤੇ ਹੈ ਨਹੀਂ, ਜਨਮਦੇ ਆ ਜਨਮ ਲੈਂਦੇ ਆ ਕੌਣ ਗੁਰਮਤ ਸਮਝ ਸਕਦਾ। ਮਕਸਦ ਇਹ ਕਿ ਗੁਰੂ ਦਾ ਜਨਮ ਹੀ ਗੁਰੂ ਘਰ ਵਿੱਚ ਹੋਇਆ ਜਿੱਥੇ ਗੁਰਮਤ ਸੀ, ਇਸ ਲਈ ਜਨਮ ਤੋਂ ਹੀ ਗੁਰਮਤ ਦੀ ਪਛਾਣ ਸ਼ੁਰੂ ਹੋ ਗਈ। ਕਹਿਣ ਲੱਗੇ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਾਲ ਜੋੜ ਕਰ। ਕੱਲ ਤੋਂ ਭਾਵ ਕੱਲ ਪਾਠ ਜੋੜ ਕਰ ਤੋਂ ਭਾਵ ਹੱਥ ਜੋੜ ਕੇ, ਕਹਿੰਦਾ ਮੈਂ ਦਰਬਾਰ ਵਿੱਚ ਖੜਾ ਹਾਂ। ਕੱਲ ਪਾਠ ਤੇ ਮੈਂ ਉਸ ਗੁਰੂ ਦੇ ਸੁਜਸ ਚੰਗੀਆਂ ਸਿਫਤਾਂ ਕਰਨਾ ਚਾਹੁੰਦਾ ਤੁਹਾਡੇ ਨਾਲ ਸਾਂਝੀਆਂ। ਕੱਲ ਜੋੜ ਕਰ
ਕਰਕੇ ਤੇਰੇ ਹੱਥਾਂ ਨੂੰ ਕੱਲ ਜੋੜ ਕਰ ਸੁਜਾ ਸੁਬਖਾਨੇ ਉਹਦੀ ਸਿਫਤਾਂ ਮੈਂ ਕੀਤੀ ਹੈ। ਹੁਣ ਸਵਾਲ ਹੈ ਕਿ ਸਿਫਤਾਂ ਕਿਹੜੀਆਂ ਉਹਨਾਂ ਸਿਫਤਾਂ ਵਿੱਚ ਜਿਹੜੀ ਗੱਲ ਕੀਤੀ ਨੇ ਨਾ ਉਹ ਸਾਨੂੰ ਅੱਜ ਲੋੜ ਸੀ। ਭਗਤ ਜੋਗ ਕੋ ਜੈ ਤੁਮਾਰ ਹਰ ਜਨ ਕੇ ਉਪਾਇ ਤਖਤ ਬੈਠਾ ਅਰਜਨ ਗੁਰੂ ਹੈ ਇੱਕ ਭਗਤ ਦਾ ਰੱਬ ਨੂੰ ਜਾਣਨ ਵਾਲੇ ਦਾ ਬ੍ਰਹਮ ਨੂੰ ਪਛਾਣਨ ਵਾਲੇ ਦਾ ਤਖਤ ਤੇ ਸੁਸ਼ੋਭਿਤ ਹੋਣਾ ਮਨ ਨੂੰ ਜੜਕ ਪੈਦਾ ਹੋ ਗਿਆ ਕਿਉਂਕਿ ਭਾਈ ਗੁਰਦਾਸ ਨੇ ਜੜਕ ਦੇ ਸੰਬੰਧ ਵਿੱਚ ਇੱਕ ਅਲਾਖ ਦਿੱਤੀ ਭਗਤ ਵੱਡਾ ਰਾਜਾ ਜੜਕ ਹੈ ਕਿਉਂ ਗੁਰਮੁਖ ਮਾਇਆ ਵਿੱਚ ਉਦਾਸੀ ਤੇ ਗੁਰੂ ਅਰਜਨ ਦੇ ਘਰ ਅੰਦਰ ਵੀ ਤਖਤ ਬੈਠਾ ਅਰਜਨ ਗੁਰੂ ਦੀਨ ਦੁਨੀ ਦਾ ਮਾਲਕ ਤਖਤ ਤੇ ਬੈਠਾ ਪਰ ਬ੍ਰਹਮ ਨੂੰ ਪਛਾਣਨ ਵਾਲਾ ਬ੍ਰਹਮ ਨੂੰ ਜਾਣਨ ਵਾਲਾ ਕਹਿਣ ਲੱਗੇ ਕਹਿੰਦੇ ਉਹਨੇ ਇਸੇ ਲਈ ਇੱਕ ਵੱਡਾ ਕੰਮ ਕੀਤਾ ਤੇ ਕੰਮ ਵੀ ਉਹ ਕੀਤਾ ਜਿਹਦੇ ਵਿੱਚ ਸਹਾਇਕ ਰਹਿਮਤ ਕਰਨ ਵੇਲਾ ਵਾਲਾ ਮੇਰਾ ਪ੍ਰਭੂ ਹੋਇਆ ਕੀ ਸ਼ਬਦ ਗੁਰੂ ਨੂੰ ਪ੍ਰਗਟ ਕੀਤਾ ਤੇ ਕਹਿਣ ਲੱਗੇ ਸ਼ਬਦ ਗੁਰੂ ਜਿਹੜਾ ਗੁਰੂ ਦੀ ਰਸਨਾ ਤੋਂ ਆਇਆ ਉਹ ਕਿਵੇਂ ਆਇਆ ਕਹਿਣ ਲੱਗੇ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਨਾ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਜੈਸੀ ਮੈਂ ਆਵੈ ਖਸਮ ਕੀ ਬਾਣੀ ਕਹਿਣ ਲੱਗੇ ਮੇਰੇ ਰੱਬ ਨੇ ਆਪਣਾ ਹੁਕਮ ਆਪਣੀ ਬਾਣੀ ਰੱਬ ਰੂਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਦੀ ਰਸਨਾ ਤੇ ਬਿਠਾ ਦਿੱਤੀ ਮੈਨੂੰ ਗੁਰੂ ਅਰਜਨ ਸਾਹਿਬ ਬੋਲ ਰਹੇ ਸਨ ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਰਿਹਾ ਸੀ ਤੇ ਰੱਬੀ ਹੁਕਮ ਪ੍ਰਗਟ ਹੋ ਰਿਹਾ ਸੀ ਹਰ ਜਨ ਕੇ ਉਪਾਰ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਰ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਰ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਚਾਨਣ ਕੀਤਾ ਦੂਜੇ ਪਾਸੇ ਸ਼ਬਦ ਆਇਆ ਜਿਹਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਕਹਿ ਦਿੱਤੀ ਤਖਤ ਬੈਠਾ ਅਰਜਨ ਗੁਰੂ ਪੜ ਜਾਂਦੇ ਹਾਂ ਲਫਜ ਨੇ ਉਗਵਨੋ ਤੇ ਅਰਥ ਵਨੋ ਉਗਵਨੋ ਦਾ ਮਤਲਬ ਹੁੰਦਾ ਪੈਦਾ ਹੋਣਾ ਉਗਣਾ ਅਰਥ ਵਨੋ ਦਾ ਮਤਲਬ ਹੁੰਦਾ ਸਮਾਪਤ ਹੋਣਾ ਜਿਵੇਂ ਆਪਾਂ ਪੰਜਾਬ ਦੀ ਬੋਲੀ ਵਿੱਚ ਇੱਕ ਗੱਲ ਕਹਿ ਦਿੰਦੇ ਹਾਂ ਚੜ੍ਹਦੇ ਤੋਂ ਲਹਿੰਦੇ ਤੱਕ ਜਦੋਂ ਸੂਰਜ ਪੈਦਾ ਹੁੰਦਾ ਸੂਰਜ ਚੜ੍ਹਦਾ ਤੇ ਜਿੱਧਰ ਸੂਰਜ ਲਹਿੰਦਾ
ਸੂਰਜ ਚੜ੍ਹਦੇ ਤੋਂ ਲਹਿੰਦੇ ਤੱਕ ਦੀ ਸਾਰੇ ਏਰੀਏ ਨੂੰ ਸਾਰੇ ਸਮੁੰਦਰ ਨੂੰ ਆਪਾਂ ਇਹ ਕਹਿੰਦੇ ਹਾਂ, ਉਹਦਾ ਮਤਲਬ ਹੁੰਦਾ ਹੈ ਵੀ ਹਰ ਪਾਸੇ ਹਰ ਥਾਂ ਚੜ੍ਹਦੇ ਤੋਂ ਲਹਿੰਦੇ ਤੱਕ। ਭਗਵਾਨ ਨੂੰ ਚੜ੍ਹਦਾ ਅਰਥ ਵੱਲੋਂ ਆਪਾਂ ਆਪਣੀ ਪੰਜਾਬ ਮਾਲਵੇ ਦੀ ਬੋਲੀ ਵਿੱਚ ਸ਼ਾਮ ਦੇ ਟਾਈਮ ਨੂੰ ਜਦੋਂ ਸੂਰਜ ਡੁੱਬ ਰਿਹਾ ਹੋਵੇ ਮਾਲਵੇ ਦੀ ਬੋਲੀ ਵਿੱਚ ਆਥਣ ਕਹਿੰਦੇ ਨੇ, ਬਜ਼ੁਰਗਾਂ ਨੂੰ ਪਤਾ ਆਥਣ ਵੇਲੇ ਆ ਕੰਮ ਕਰਨ ਦਾ। ਆਥਣ ਦਾ ਮਤਲਬ ਹੁੰਦਾ ਸ਼ਾਮ ਜਿਸ ਵੇਲੇ ਸੂਰਜ ਡੁੱਬਦਾ, ਤੇ ਇੱਥੇ ਵੀ ਲਫ਼ਜ਼ ਆਥਣ ਵਰਤਿਆ ਗਿਆ ਹੈ। ਜਦੋਂ ਸੂਰਜ ਚੜ੍ਹਿਆ ਉਗ ਵੱਲੋਂ ਤੇ ਆਥ ਵੱਲੋਂ ਜਿੱਥੇ ਸੂਰਜ ਡੁੱਬਿਆ ਹੈ, ਭਾਵ ਪੂਰੀ ਸ੍ਰਿਸ਼ਟੀ ਚਾਨਣ। ਆਪਾਂ ਜਦੋਂ ਦਿਨ ਚੜ੍ਹਨ ਵਾਲਾ ਹੋਵੇ ਨਾ ਤੇ ਥੋੜੀ ਜਿਹੀ ਲੋ ਫੁੱਟਦੀ ਹੈ, ਪਾਸਦੇ ਲੋ ਫੁੱਟ ਪਈ ਹੈ, ਦਿਨ ਚੜ੍ਹਨ ਵਾਲਾ ਹੈ। ਲੋ ਦਾ ਮਤਲਬ ਹੁੰਦਾ ਚਾਨਣ ਦਾ ਆਰੰਭ। ਮਾਨੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਤੇ ਉਗਵਨੋ ਤੋਂ ਲੈ ਕੇ ਅਥਵਨੋ ਤੱਕ ਸਾਰੀ ਸ੍ਰਿਸ਼ਟੀ ਤੇ ਉਹਨੇ ਇੱਕ ਪ੍ਰਕਾਸ਼ ਲੋ ਚਾਨਣ ਕਰ ਦਿੱਤਾ। ਇੱਕ ਦੀਵਾ ਉਹ ਸ਼ਬਦ ਗੁਰੂ ਦਾ ਸ਼ਬਦ ਦੀਪਕ ਵਰਤੇ ਤੇ ਲੋਏ, ਗੁਰੂ ਕਾ ਸ਼ਬਦ ਕਰ ਦੀਪਕੋ ਇਹ ਸੱਤ ਕੀ ਸੇਜ ਵਿਛਾਏ ਦੀ ਅੰਧਿਆਰੇ ਦੀਪਕ ਚਾਹੀਏ, ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਘੱਟ ਦੀਪ ਕਰਿਆ ਸਮਾਈ। ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਸ਼ਬਦ ਦਾ ਦੀਪਕ ਉਹ ਜਗਾਇਆ, ਉਹ ਪ੍ਰਕਾਸ਼ ਕੀਤਾ ਜਿਹਨੂੰ ਅਸੀਂ ਪਹਿਲਾ ਪ੍ਰਕਾਸ਼ ਕਹਿੰਦੇ। ਮੈਂ ਇੱਥੇ ਰੁਕਣਾ। ਕੀਤਾ ਗੁਰੂ ਅਰਜਨ ਸਾਹਿਬ ਨੇ ਇਹ ਸਾਰਾ ਖਜ਼ਾਨਾ ਇਕੱਤਰ ਕੀਤਾ। ਇੱਕ ਉੱਥਾ ਵੀ ਸ਼ਬਦ ਹੈ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਗੁਰੂ ਨਾਨਕ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਗੁਰੂ ਅਮਰਦਾਸ ਸਾਹਿਬ ਦੀ ਬਾਣੀ, ਗੁਰੂ ਰਾਮਦਾਸ ਸਾਹਿਬ ਦੀ ਬਾਣੀ ਸਾਰੀ ਇਕੱਤਰ ਕਰਕੇ ਮਾਨੋ ਕਿ ਖਜ਼ਾਨਾ ਬਣਾਇਆ। ਸੋਚਣਾ ਇਸ ਸ਼ਬਦ ਦੀ ਆਖਰੀ ਲਾਈਨ ਹੈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਕੋਈ ਭਾਗਣ ਵਾਲਾ ਜਿਹਦੇ ਤੇ ਰੱਬ ਦੀ ਗੁਰੂ ਦੀ ਰਹਿਮਤ ਹੋਵੇ, ਜਿਹਦੀ ਰਸਨਾ ਤੇ ਪ੍ਰਭੂ ਆਪ ਬਾਣੀ ਬਖਸ਼ਿਸ਼ ਕਰੇ, ਇਸ ਖਜ਼ਾਨੇ ਵਿੱਚ ਉਸੇ ਨੂੰ ਰਲਾਇਆ ਗਿਆ, ਸ਼ਾਮਿਲ ਕੀਤਾ ਗਿਆ। ਨਹੀਂ ਤੇ ਉਦੋਂ ਧੀਰ ਮੱਲ ਵੀ ਮੌਜੂਦ ਸੀ, ਉਦੋਂ ਪ੍ਰਿਥੀ ਚੰਦ ਵੀ ਮੌਜੂਦ ਸੀ, ਉਦੋਂ ਮਿਹਰਬਾਨ ਵੀ ਮੌਜੂਦ ਸੀ ਤੇ ਉਹ ਬਾਣੀ ਰਚਦੇ ਵੀ ਸਨ। ਐਸੀ ਗੱਲ ਨਹੀਂ, ਮੈਂ ਪਿਛਲੇ ਅਰਜ਼ ਕੀਤੀ ਸੀ ਅੱਜ ਦੇ ਕੋਲ ਕਿਤਾਬ ਕੋਈ ਵੀ ਹੈ ਜਿਹਦੇ ਵਿੱਚ ਪ੍ਰਿਥੀ ਚੰਦ ਦੀ ਰਚਨਾ ਹੁਣ ਸੰਪਾਦਨ ਕਰ ਕੀਤੀ ਗਈ, ਉਹਦੇ ਵਿੱਚ ਬਿਲਕੁਲ ਗੁਰਬਾਣੀ ਦੀ ਨਕਲ ਕੀਤੀ ਗਈ ਹੈ। ਉਸੇ ਤਰ੍ਹਾਂ ਸੋਰਠ ਮਹੱਲਾ ਛੇਵਾਂ ਪੰਜਵੇਂ ਤੱਕ ਸਾਡੇ ਉਹਨੇ ਆਪਣੇ ਆਪ ਨੂੰ ਛੇਵਾਂ ਲਿਖਿਆ ਹੈ, ਸੋਰਠ ਮਹੱਲਾ ਛੇਵਾਂ, ਗੌੜੀ ਮਹੱਲਾ ਛੇਵਾਂ, ਤਲੰਗ ਮਹੱਲਾ ਛੇਵਾਂ। ਉਸੇ ਤਰ੍ਹਾਂ ਉਹਦੀ ਤੋਕਾ ਵਿੱਚ ਬਣਦਾ ਮੇਰੇ ਕੋਲ ਕਿਤਾਬ ਇੱਥੇ ਮੌਜੂਦ ਹੈ। ਮੈਂ ਇੱਕ ਵਾਰ ਬਹੁਤ ਦੇਰ ਹੋਈ ਸੰਗਤ ਵਿੱਚ ਦਿਖਾਈ ਗਈ ਸੀ। ਉਸੇ ਤਰ੍ਹਾਂ ਉਹ ਸ਼ਬਦ ਦੇ ਅਖੀਰ ਤੇ ਨਾਨਕ ਪਦ ਵੀ ਵਰਤਦਾ ਤਾਂ ਕਿ ਭੁਲੇਖਾ ਰੱਖ ਸਕੇ। ਹੁਣ ਸੋਚਿਓ ਜੇ ਬਿਲਕੁਲ ਬਣਤਰ ਵੀ ਉਸੇ ਕਿਸਮ ਦੀ ਸੀ, ਬਣ ਲਓ ਉਸੇ ਤਰ੍ਹਾਂ ਰਾਗਾਂ ਦੀ ਵਰਤੋਂ ਵੀ ਸੀ, ਉਸੇ ਤਰ੍ਹਾਂ ਦੀ ਰਹਾਉ ਦੀ ਵਰਤੋਂ ਵੀ ਸੀ,
ਜੇ ਇਕੱਲਾ ਸ਼ਬਦ ਜਿਹੜਾ ਨਹੀਂ ਜਾਣਦਾ ਸੱਜਣ, ਜੇ ਉਹ ਉਸ ਕਿਤਾਬ ਵਿੱਚੋਂ ਸ਼ਬਦ ਪੜ੍ਹੇਗਾ, ਉਹ ਨਹੀਂ ਅੰਦਾਜ਼ਾ ਲਗਾ ਸਕਦਾ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਕਿ ਕਿੱਥੇ ਜਾ ਰਿਹਾ ਹੈ। ਹਾਲਾਂਕਿ ਉਸ ਕਿਤਾਬ ਦੇ ਉੱਪਰ ਜਿਹੜਾ ਹੈਡਿੰਗ ਹੈ ਉਹ ਇਹ ਹੈ ਕਿ ਰਚਨਾ ਸੋਢੀ ਪ੍ਰਿਥੀ ਚੰਦ ਤੇ, ਪਰ ਜਿਹਨੂੰ ਨਹੀਂ ਪਤਾ ਉਹਨਾਂ ਸ਼ਬਦਾਂ ਦੀ ਬਣਤਰ ਇਸ ਕਿਸਮ ਦੀ ਹੈ ਕਿ ਅਖੀਰ ਤੇ ਨਾਨਕ ਪਦ ਦਾ ਵੀ ਜ਼ਿਕਰ ਹੈ, ਦਰਮਿਆਨ ਵਿੱਚ ਰਹਾਓ ਵੀ ਉਵੇਂ ਹੈ, ਪਹਿਲਾਂ ਰਾਗ ਦਾ ਜ਼ਿਕਰ ਵੀ ਉਵੇਂ ਹੈ, ਉਹਦੀ ਸ਼ਬਦਾਵਲੀ ਦੀ ਵਰਤੋਂ ਵੀ ਉਸੇ ਕਿਸਮ ਦੀ ਹੈ। ਉਹ ਸਮਝੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਔਰ ਜੇ ਇਹ ਹਾਲਾਤ ਨਾ ਪੈਦਾ ਹੁੰਦੇ ਤਾਂ ਖੌਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਸਾਹਿਬ ਨੂੰ ਇਹ ਗੱਲ ਨਾ ਕਹਿਣੀ ਪੈਂਦੀ ਕਿ ਸਤਿਗੁਰ ਕੀ ਰੀਸੇ ਹੋਰ ਕੱਠ ਵਿੱਚ ਬੋਲਦੇ। ਗੁਰੂ ਅਮਰਦਾਸ ਸਾਹਿਬ ਜੀ ਨੇ ਸਪਸ਼ਟ ਕੀਤਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਅਦ ਜੋ ਹੋਰ ਜੀਣ ਦਾ ਮਤਲਬ ਕੱਚੀ ਬਾਣੀ ਉਦੋਂ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਸਤਿਗੁਰ ਦੀ ਰੀਸ ਕਰਕੇ ਬਿਲਕੁਲ ਉਸੇ ਕਿਸਮ ਦੇ ਸ਼ਬਦ ਤੇ ਉਸੇ ਕਿਸਮ ਦੀਆਂ ਰਚਨਾਵਾਂ ਬਣਾ ਕੇ ਪੈਦਾ ਕਰਕੇ ਫੈਲਾਈਆਂ ਜਾ ਰਹੀਆਂ ਸਨ। ਸਾਡੇ ਕੋਲ ਉਦਾਹਰਨ ਹੈ, ਅੱਜ ਵੀ ਮੌਜੂਦ ਨੇ ਕਿਤਾਬ, ਉਹ ਇੱਥੇ ਨਰਤੀ ਤੀ ਜੋਗਿੰਦਰ ਸਿੰਘ ਦਾ, ਕੈਪਟਨ ਜੋਗਿੰਦਰ ਸਿੰਘ ਨਾਮ ਦਾ ਕੋਈ ਸੱਜਣ ਹੈ ਕੈਲੀਫੋਰਨੀਆ ਵਿੱਚ, ਉਹਦੇ ਕੋਲੋਂ ਸੰਪਾਦਨਾ ਕਰਵਾਈ ਗਈ ਹੈ, ਸੰਪਾਦਨਾ ਉਹਨੇ ਕੀਤੀ ਹੈ ਅਤੇ ਅੰਮ੍ਰਿਤਸਰ ਦੀ ਕਿਸੇ ਪ੍ਰਿੰਟਿੰਗ ਪ੍ਰੈਸ ਦੀ ਉਹ ਕਿਤਾਬ ਛਪੀ, ਸਭ ਕੁਝ ਦੇਖਿਆ ਹੈ। ਮਿਹਨਤ ਕਰ ਰਿਹਾ ਸਾਂ ਵੀ ਇਹਦਾ ਮਤਲਬ ਉਦੋਂ ਸਭ ਕੁਝ ਸੀ। ਜੇ ਭਲਾ ਇਹਨਾਂ ਤਿੰਨਾਂ ਸ਼ਰਤਾਂ ਨਾਲ ਸੱਚ ਕੀ ਬਾਣੀ ਬਣ ਸਕਦੀ ਹੁੰਦੀ, ਵਿਰਾਗ ਵੀ ਹੈ, ਰਹਾਓ ਵੀ ਹੈ, ਨਾਨਕ ਪਾਈ ਵੀ ਹੈ, ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਚੜ੍ਹਾ ਦਿੰਦੇ, ਉਹਨਾਂ ਦੇ ਹੱਥ ਸੀ। ਜੇ ਇਹਨਾਂ ਤਿੰਨਾਂ ਸ਼ਰਤਾਂ ਨਾਲ ਗੁਰਬਾਣੀ ਬਣ ਜਾਏ ਤਾਂ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲ ਜਾਂਦੀ, ਸ਼ਾਮਲ ਹੋ ਜਾਂਦੀ, ਨਹੀਂ ਸ਼ਾਮਲ ਹੋ ਸਕੀ। ਉਹ ਅੱਜ ਤੱਕ 550 ਵਰ੍ਹਾਂ ਵਿੱਚ ਵੀ ਇਹਨਾਂ ਕੋਲੋਂ ਸ਼ਾਮਲ ਨਹੀਂ ਹੋ ਸਕੀ। ਇਹਦਾ ਮਤਲਬ ਗੁਰੂ ਅਰਜਨ ਪਾਤਸ਼ਾਹ ਜੀ ਦਾ ਫੈਸਲਾ ਇੱਕ ਅਟਲ ਸੀ ਕਿ ਗੁਰਬਾਣੀ ਉਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ। ਲਓ ਮੇਰਾ ਵੀ ਮਕਸਦ ਕੇਵਲ ਸਾਰਾ ਸੰਘਰਸ਼ ਇੱਥੇ ਖੜ੍ਹਾ ਹੈ ਕਿ ਪੜ੍ਹਿਓ ਇੱਕ ਵਿਸ਼ਵਾਸ, ਜੇ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਹਾਂ, ਅੱਜ ਅਸੀਂ ਦਿੱਤਾ ਬਣਾ ਲਿਆ, ਜਿਹੜੀ ਹੋਰ ਕੋਈ ਮੰਗ ਨਹੀਂ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਹਾਂ ਤੇ ਸਾਨੂੰ ਵਿਸ਼ਵਾਸ ਹੋਵੇ ਕਿ ਗੁਰਬਾਣੀ ਉਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜਿਹਦਾ ਫੈਸਲਾ ਗੁਰੂ ਅਰਜਨ ਸਾਹਿਬ ਨੇ ਆਪ ਕੀਤਾ ਤੇ ਜਿਹਦਾ ਫੈਸਲਾ ਬਿਲਕੁਲ ਉਸੇ ਫੈਸਲੇ ਨੂੰ ਮੰਨਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਨਾ ਗੁਰੂ ਅਰਜਨ ਸਾਹਿਬ ਦੇ ਫੈਸਲੇ ਤੋਂ ਅਸੀਂ ਮੁਨਕਰ ਹੋ ਸਕਦੇ ਹਾਂ, ਨਾ ਗੁਰੂ ਦਸਮ ਪਾਤਸ਼ਾਹ ਜੀ ਦੇ ਫੈਸਲੇ ਤੋਂ ਅਸੀਂ ਮੁਨਕਰ ਹੋ ਸਕਦੇ ਹਾਂ। ਸਤਿਗੁਰੂ ਕਹਿੰਦੇ ਨੇ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿੱਚ ਉਸੇ ਨੂੰ ਸ਼ਾਮਿਲ ਕੀਤਾ ਗਿਆ, ਹੋਰ ਕਿਸੇ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਨਹੀਂ ਮਿਲਿਆ। ਇਹ ਫੈਸਲਾ ਗੁਰਬਾਣੀ ਦਾ ਗੁਰੂ ਹੈ। ਹੁਣ ਇੱਥੇ ਆਪਣੀ ਰਚਨਾ ਤੋਂ ਇੱਕ ਫੈਸਲਾ ਦੇ ਰਹੇ ਨੇ ਕਿ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚਲੋਆ ਉਗੋਨੋ ਤੇ ਆਥਮਨੋ ਚੜ੍ਹਦੇ ਤੋਂ ਲਹਿੰਦੇ ਤੱਕ ਚੌਂ ਚੱਕੀ ਚਾਰੇ ਦਿਸ਼ਾ ਵਿੱਚ ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਵਿੱਚ ਇਸ ਸ਼ਬਦ ਗੁਰੂ ਦਾ ਪ੍ਰਕਾਸ਼ ਚਾਨਣ ਹੋ ਗਿਆ। ਗੁਰਬਾਣੀ ਇਸ ਜਗ ਮੈਂ ਚਾਨਣ ਹੈ, ਗੁਰੂ ਅਰਜਨ ਸਾਹਿਬ ਨੇ ਪ੍ਰਕਾਸ਼ ਕੀਤਾ। ਫਿਰ ਕਹਿਣ ਲੱਗੇ ਜਿਹੜਾ ਅਜੇ ਗੁਰੂ ਅਰਜਨ ਸਾਹਿਬ ਨੂੰ ਨਾ ਮੰਨੇ ਤੇ ਉਹਨਾਂ ਦਾ ਬਚਨ ਨਾ ਮੰਨੇ ਉਹਦੀ ਹਾਲਤ ਕੀ? ਫੈਸਲਾ ਬਾਣੀ ਦਾ ਕਹਿਣ ਲੱਗਾ, ਅਗਲੀ ਲਾਈਨ ਪੜ੍ਹੋ। ਜਿੰਨੀ ਗੁਰੂ ਨਾ ਸੇਵਿਓ ਮਨ
ਮੂਆ ਬੁਆ ਕੀ ਮੌਤ ਕਹਿੰਦੇ ਨੇ ਜਿਹੜਾ ਗੁਰੂ ਦੀ ਗੱਲ ਨਾ ਮੰਨੇ ਉਹਦੇ ਫੈਸਲੇ ਨੂੰ ਨਾ ਮੰਨੇ ਸਮਝ ਲਓ ਆਪਣੀ ਮੌਤ ਆਪ ਸਹੇੜ ਰਿਹਾ ਮੇਰਾ ਫੈਸਲਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਕੀ ਉਹ ਕਸਰ ਹੈ ਇਹ ਅਜੇ ਵੀ ਅਸੀਂ ਭੁਲੇਖੇ ਵਿੱਚ ਰਹੀਏ ਗੁਰੂ ਕਹਿੰਦੇ ਲੋਹਾ ਬਾਰਾਂ ਵੀ ਸਰਜ ਚਾਨਣ ਕੇ ਕਿਹੜਾ ਚਾਨਣ ਸਾਨੂੰ ਦਿੱਤਾ ਹੈ ਗੁਰੂ ਅਰਜਨ ਸਾਹਿਬ ਨੇ ਜਿਹੜਾ ਚਾਨਣ ਦਿੱਤਾ ਹੈ ਉਹ ਚਾਨਣ ਕਦੀ ਖਤਮ ਹੋਣ ਵਾਲਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਸ਼ਬਦ ਹੈ ਜਿਹਦੀਆਂ ਚਾਰ ਕੁ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਹਿੰਦੇ ਨੇ ਹਰਿਦੁਆਰ ਕੁਰਕਸ਼ੇਤਰ ਕਿਸੇ ਤੀਰਥਾਂ ਤੇ ਜਾਓ ਨਾ ਉੱਥੇ ਦੀਵੇ ਜਗਾ ਕੇ ਬੀਬੀਆਂ ਪੁਰਸ਼ ਤੇ ਪਾਣੀ ਵਿੱਚ ਉਹ ਦੀਵੇ ਨਾਲ ਕੋਈ ਫੁੱਲ ਰੱਖੇ ਹੁੰਦੇ ਅੱਜ ਵੀ ਜਾ ਕੇ ਦੇਖ ਸਕਦੇ ਤੇ ਉਹ ਦੀਵਾ ਜਿਹੜਾ ਹੈ ਉਹ ਉਸ ਨਦੀ ਵਿੱਚ ਗੰਗਾ ਵਿੱਚ ਜਮਨਾ ਵਿੱਚ ਤਲਾਬਾਂ ਵਿੱਚ ਰੋਕਦੇ ਅੱਜ ਵੀ ਜਾ ਕੇ ਦੇਖ ਸਕਦੇ ਦਿਮਾਗਾਂ ਵਿੱਚ ਵਿਚਾਰਾਂ ਵਿੱਚ ਬ੍ਰਾਹਮਣ ਨੇ ਇਹ ਗੱਲ ਪਾਈ ਹੈ ਵੀ ਜਿਹੜੇ ਤੁਸੀਂ ਇਹ ਦੀਵਾ ਬਾਲ ਕੇ ਬਲਕਿ ਮੇਰਾ ਦੀਵਾ ਨਹੀਂ ਹੁੰਦਾ ਕਿ ਭੇਟਾ ਵੀ ਉਦੋਂ ਦੁੱਪੜੇ ਰੁਪਏ ਹੁੰਦੇ ਸਨ ਰੱਖ ਕੇ ਲਕਸ਼ਣਾ ਵੀ ਫੁੱਲ ਵੀ ਰੱਖ ਕੇ ਇੱਕ ਡੂਨਾ ਬਣਿਆ ਹੁੰਦਾ ਹੈ ਉਹਦੇ 'ਚ ਦੀਵਾ ਵੀ ਰੱਖ ਦਿੰਦੇ ਨੇ ਅੱਜ ਵੀ ਜਦੋਂ ਦੇਖ ਸਕਦੇ ਖਾਸ ਕਰਕੇ ਕੱਤਕ ਦੀ ਪੂਰਨਮਾਸ਼ੀ ਨੂੰ ਇਹ ਦਿਨ ਉਹਨਾਂ ਨੇ ਆਮ ਰੱਖ ਦਿੱਤਾ ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਜੇ ਦੀਵੇ ਬੀਬੀਆਂ ਬਾਲ ਕੇ ਦਰਿਆਵਾਂ ਵਿੱਚ ਰੋਕਦੀਆਂ ਤੇ ਕਹਿੰਦੇ ਉਹਨਾਂ ਨੂੰ ਇਹ ਨੇ ਕਿ ਇਹ ਜਦੋਂ ਤੁਸੀਂ ਦਰਗਾਹ ਵਿੱਚ ਜਾਓਗੇ ਨਾ ਮਰ ਕੇ ਤੁਹਾਡੀ ਰੂਹ ਜਾਏਗੀ ਤੇ ਉੱਥੇ ਹਨੇਰਾ ਹੁੰਦਾ ਰਾਹ ਵਿੱਚ ਉੱਥੇ ਹਨੇਰਾ ਹੁੰਦਾ ਜਿਹੜਾ ਤੁਸੀਂ ਇੱਥੇ ਬਾਲ ਕੇ ਤਾਰਦੇ ਹੋ ਨਾ ਇਹ ਤੁਹਾਡੇ ਉਦੋਂ ਰਾਹ ਰੋਸ਼ਨ ਕਰੇਗਾ ਤੇ ਲੋਕ ਬ੍ਰਾਹਮਣ ਦੇ ਪਿੱਛੇ ਲੱਗ ਕੇ ਉਹ ਦੀਵੇ ਜਗਾ ਕੇ ਤਾਰਨ ਲੱਗ ਪਏ ਤੇ ਦੀਵੇ ਦਾ ਕੰਮ ਕੀ ਹੈ ਜ਼ਰਾ ਪਾਣੀ ਦੀ ਛੱਲ ਆਈ ਦੀਵਾ ਬੁੱਝ ਗਿਆ ਉਹ ਇੱਥੋਂ ਤੁਸੀਂ ਤਾਰਦੇ ਹੋ ਜਾ ਕੇ ਅੱਜ ਵੀ ਦੇਖ ਲਓ ਇੱਥੋਂ ਉਤਾਰਦੇ ਨੇ ਦਸ ਕਦਮ ਤੇ ਜਾ ਕੇ ਬੁੱਝ ਜਾਂਦਾ ਜੇ ਪਾਣੀ ਦੀ ਛੱਲ ਲੱਗੀ ਦੀਵਾ ਬੁੱਝ ਗਿਆ ਜੇ ਹਵਾ ਦਾ ਬੁੱਲਾ ਆਇਆ ਵਾਉ ਦਾ ਬੁੱਲਾ ਆਇਆ ਉਹਦੇ ਨਾਲ ਦੀਵਾ ਬੁੱਝ ਗਿਆ ਨਾ ਇਹ ਪਾਣੀ ਦੇ ਸਾਹਮਣੇ ਟਿਕ ਸਕਦਾ ਨਾ ਵਾਉ ਦੇ ਸਾਹਮਣੇ ਵਾਉ ਦਾ ਮਤਲਬ ਹਵਾ ਪਵਨ ਨਾ ਉਹਦੇ ਸਾਹਮਣੇ ਟਿਕ ਸਕਦਾ ਤੇ ਬੁੱਝ ਜਾਂਦਾ ਤੇ ਗੁਰੂ ਨੇ ਉਸ ਸਾਰੇ ਸੰਸਕਾਰ ਦਾ ਜ਼ਿਕਰ ਇਹਨਾਂ ਸ਼ਬਦਾਂ ਵਿੱਚ ਕੀਤਾ ਤੇ ਕਹਿਣ ਲੱਗੇ ਇੱਕ ਦੀਵਾ ਮੇਰਾ ਗੁਰੂ ਜਿਹੜਾ ਹੈ ਜਿਹੜਾ ਗੁਰੂ ਨਾਲ ਜੁੜੇ ਗੁਰੂ ਦੀ ਅਗਵਾਈ ਜੀਵਨ ਵਿੱਚ ਲਵੇ ਇੱਕ ਦੀਵਾ ਗੁਰੂ ਸਮਝਾਉਂਦਾ ਹੈ ਬਾਣੀ ਕਹਿੰਦੀ ਇੱਕ ਦੀਵਾ ਗੁਰੂ ਤੈਨੂੰ ਦਿੰਦਾ ਹੈ ਕਹਿਣ ਲੱਗੇ ਵਿਸ਼ਵਾਸ ਕਰ ਉਹ ਦੀਵਾ ਨਾ ਪਾਣੀ ਬੁਝਾ ਸਕਦਾ ਨਾ ਉਸ ਦੀਵੇ ਨੂੰ ਪਵਨ ਵਾਉ ਦਾ ਬੁੱਲਾ ਤੂਫਾਨ ਬੁਝਾ ਸਕਦਾ ਬਾਣੀ ਦਾ ਫੈਸਲਾ ਕਹਿਣ ਲੱਗੇ ਪਾਣੀ ਮਰੇ
ਬਲੀ ਆਪਣੀ ਪੁਰਾਤਨ ਆਪਣੇ ਪੁਰਾਤਨ ਬਜ਼ੁਰਗ ਦੀਵਾ ਬੁਝਾਉਣਾ ਨਹੀਂ ਸਨਾਟਦੇ ਨੇ, ਆਹ ਦੀਵਾ ਵੱਡਾ ਕਰਦੇ ਬਜ਼ੁਰਗਾਂ ਨੂੰ ਪਤਾ ਹੋਏਗਾ। ਉਦੋਂ ਬੋਲੀ ਵਿੱਚ ਇਹ ਨਹੀਂ ਸਨ ਕਹਿੰਦੇ ਦੀਵਾ ਬੁਝਾ ਦੇ, ਕਿਉਂਕਿ ਇਹ ਸ਼ਬਦਾਵਲੀ ਇਹ ਬੋਲ ਉਹਨਾਂ ਨੂੰ ਚੰਗੇ ਨਹੀਂ ਸਨ ਲੱਗਦੇ, ਬਜ਼ੁਰਗਾਂ ਨੂੰ ਬੁਝਾ ਦੇ ਫਲਾਣੇ ਦਾ ਦੀਵਾ ਬੁਝ ਗਿਆ। ਇਸ ਲਈ ਪੁਰਾਤਨ ਬੋਲੀ ਵਿੱਚ ਸਾਡੇ ਪਿੰਡਾਂ ਵਿੱਚ ਆ ਕੇ ਦੇ ਸਨ ਦੀਵਾ ਵੱਡਾ ਕਰਦੇ, ਮਤਲਬ ਹੁੰਦਾ ਹੈ ਅਸੀਂ ਬੁਝਾ ਦੇ। ਇੱਥੇ ਗੁਰੂ ਨੇ ਉਹੋ ਹੀ ਬੋਲੀ ਵਰਤੀ, ਕਹਿੰਦੇ ਡੋਲੇ ਵਾਓ ਨਾ ਵੱਡਾ ਹੋਏ, ਜਿੰਨੀ ਮਰਜ਼ੀ ਹਵਾ ਚੱਲ ਰਹੇ, ਜਿੰਨੇ ਮਰਜ਼ੀ ਤੂਫਾਨ ਚੱਲ ਰਹੇ, ਜਿਹੜਾ ਗੁਰੂ ਦੀ ਅਗਵਾਈ ਵਿੱਚ ਅੰਦਰ ਬਾਣੀ ਦਾ ਨਾਮ ਦਾ ਦੀਵਾ ਜਗਾ ਲੈਂਦੇ ਨੇ, ਉਹਨੂੰ ਨਾ ਪਾਣੀ ਡੁੱਬ ਸਕਦਾ ਨਾ ਉਹਨੂੰ ਕੋਈ ਹਵਾ ਬੁਝਾ ਸਕਦੀ ਹੈ, ਉਹ ਬੁਝਦਾ ਹੀ ਨਹੀਂ। ਦੀਵੇ ਡੋਲੇ ਵਾਓ ਨਾ ਵੱਡਾ ਹੋਏ, ਕਹਿਣ ਲੱਗੇ ਦੱਸਾਂ ਉਹ ਦੀਵਾ ਕਿਹੜਾ ਹੈ। ਆਹ ਰੋਜ਼ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ, ਕਿਉਂ ਨਹੀਂ ਅਸੀਂ ਉਹਨਾਂ ਗੱਲਾਂ ਨੂੰ ਸਮਝਦੇ। ਗੁਰੂ ਨੇ ਆਖਿਆ ਭਰਿਆ, ਇਸ ਲਈ ਦੀਵੇ ਜਗਾ ਜਗਾ ਕੇ ਪਿਆ ਰੱਖਣਾ ਵੀ ਮੈਂ ਜਦੋਂ ਦਰਗਾਹ ਨੂੰ ਜਾਵਾਂਗਾ ਉਦੋਂ ਮੇਰੇ ਰਾਹ ਰੋਸ਼ਨ ਹੋ ਜਾਣਗੇ, ਇਹ ਦੀਵਾ ਮੈਨੂੰ ਉੱਥੇ ਚਾਨਣ ਦੇਗਾ। ਤੇ ਗੁਰੂ ਕਹਿੰਦੇ ਨੇ ਜੇ ਪੈਂਦੇ ਮਹਾਂਦ ਕੁਵਾਰਾ, ਸੁਖਮਨੀ ਸਾਹਿਬ ਜੇ ਪੈਂਦੇ ਮਹਾਂਦ ਕੁਵਾਰਾ ਹਰ ਕਾ ਨਾਮ ਸੰਗ ਉਜਿਆਰਾ, ਅਸਲ ਉਜਿਆਰਾ ਅਸਲ ਚਾਨਣ ਤਾਂ ਨਾਮ ਦਾ ਹੈ ਬਾਣੀ ਦਾ ਹੈ ਜਿਹੜਾ ਹਰ ਵਕਤ ਤੇਰੇ ਰਾਹ ਰੋਸ਼ਨ ਕਰਦਾ ਹੈ, ਤੇ ਉਹ ਨਾਮ ਤੇ ਬਾਣੀ ਦਾ ਦੀਵਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਣੀ ਦੇ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਕੇ ਜਗਾ ਦਿੱਤਾ, ਤੇ ਆਪਣੀ ਰਚਨਾ ਤੋਂ ਬਾਣੀ ਅੰਦਰ ਸਤਿਗੁਰੂ ਨੇ ਕਹਿ ਦਿੱਤਾ ਇੱਕ ਲਫ਼ਜ਼ ਕਿ ਤਖ਼ਤ ਬੈਠਾ ਅਰਜਨ ਗੁਰੂ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਨੋ ਤੇ ਆਥਵਨੋ ਚੋਂ ਚੱਕੀ ਕੀਨ ਲੋਇਆ, ਲੋਆ ਚਾਨਣ ਕਰ ਦਿੱਤਾ ਕਿਸ ਚੀਜ਼ ਨਾਲ ਕਿ ਬਾਣੀ ਦੇ ਪ੍ਰਕਾਸ਼ ਨਾਲ। ਸਤਿਗੁਰੂ ਆਪਣੀ ਰਚਨਾ ਤੋਂ ਕਹਿੰਦੇ ਨੇ ਕੱਲ ਭੱਟ ਉਸਨੂੰ ਦੁਹਰਾਉਂਦਾ ਹੈ ਤੇ ਕਹਿੰਦਾ ਹੈ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਉਗਵਨੋ ਤੇ ਆਥਵਨੋ ਨੂੰ ਲੋ ਵਿੱਚ ਲਿਆਉਣ ਲਈ, ਚਾਨਣ ਵਿੱਚ ਲਿਆਉਣ ਲਈ, ਰੋਸ਼ਨੀ ਵਿੱਚ ਲਿਆਉਣ ਲਈ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ। ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਦਾ, ਤੇ ਜਿਹੜੀ ਚੀਜ਼ ਉਹਨੂੰ ਚੰਗੀ ਲੱਗੀ ਸੋ ਏਤ ਖਜ਼ਾਨੇ ਲਿਆ ਰਲਾਏ, ਇਸ ਖਜ਼ਾਨੇ ਵਿੱਚ ਉਹਨੂੰ ਆਪ ਸ਼ਾਮਿਲ ਕੀਤਾ ਰਲਾ ਲਿਆ। ਤੇ ਤੁਹਾਨੂੰ ਸਾਨੂੰ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਕਿ ਤੁਸੀਂ ਹੋਰ ਕੁਝ ਰਲਾ ਲਿਓ,
ਅਸੀਂ ਕੁਛ ਨਹੀਂ ਲਾ ਸਕਦੇ। ਅਸੀਂ ਤਾਂ ਕੇਵਲ ਗੁਰ ਕਹਿ ਸਾਕਾਰ ਕਮਾਬੂ ਹੀ ਕਰ ਸਕਦੇ ਹਾਂ। ਜੋ ਗੁਰ ਕਹੇ ਸੋ ਹੀ ਪਰਮਾਨ ਨੂੰ ਹੀ ਸਾਡੇ 'ਤੇ ਲਾਗੂ ਹੁੰਦਾ। ਅਸੀਂ ਕਿਸ ਨਾਲ ਗੁਰੂ ਤੋਂ ਬੇਮੁੱਖ ਜਾਂ ਸਨਮੁੱਖ ਹੋਣਾ ਹੈ, ਉਹ ਹੈ ਹੁਕਮ ਮੰਨਣ ਵਾਲਾ ਜਿਹੜਾ ਉਹ ਸਨਮੁੱਖ ਹੈ। ਹੁਕਮ ਤੋਂ ਮੂੰਹ ਮੋੜ ਜਾਣ ਵਾਲਾ ਬੇਮੁੱਖ ਹੈ, ਹੋਰ ਤਾਂ ਕੋਈ ਪਰਿਭਾਸ਼ੀ ਨਹੀਂ ਪਰਿਭਾਸ਼ਾ ਨਹੀਂ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਆਪਣੇ ਉਸ ਏਤ ਖਜ਼ਾਨੇ ਲਿਆ ਰਲਾਏ ਅਤੇ ਵਿਸ਼ਵਾਸ ਦੇਵੇ ਕਿ ਅਸੀਂ ਕੇਵਲ ਸ੍ਰੀ ਗੋਬਿੰਦ ਸਾਹਿਬ ਦੀ ਬਾਣੀ ਨੂੰ ਹੀ ਆਪਣੇ ਜੀਵਨ ਵਿੱਚ ਧਾਰਨ ਕਰੀਏ ਅਤੇ ਗੁਰਬਾਣੀ ਸਮਝੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।